ਵਿਆਹ ਵਾਲਾ ਦਿਨ ਉਹ ਸ਼ਗਨਾਂ ਦਾ ਦਿਨ ਜਿਸ ਦੀ ਹਰ ਕੋਈ ਚਿਰਾ ਬੱਧੀ ਉਡੀਕ ਕਰਦਾ ਹੈ। ਖਾਸ ਤੌਰ 'ਤੇ ਮਾਪੇ ਜਿਨ੍ਹਾਂ ਦੀ ਬੱਚਿਆਂ ਦੇ ਵਿਆਹ ਨੂੰ ਲੈ ਕੇ ਕਾਫੀ ਜ਼ਿਆਦਾ ਰੀਝਾਂ ਹੁੰਦੀਆਂ ਨੇ ਕਿ ਜਦ ਸਾਡੇ ਪੁੱਤਾਂ ਸਾਡੀ ਧੀ ਦਾ ਵਿਆਹ ਹੋਣਾ ਉਸ ਦਿਨ ਅਸੀਂ ਇਹ ਕਰਾਂਗੇ ਅਸੀਂ ਉਹ ਕਰਾਂਗੇ, ਪਰ ਉਸੇ ਵਿਆਹ ਵਾਲੇ ਦਿਨ ਮਾਨਸਾ ਦੇ ਸਰਸਾ ਰੋਡ 'ਤੇ ਇੱਕ ਭਿਆਨਕ ਹਾਦਸਾ ਵਾਪਰਿਆ ਜਿਸ 'ਚ ਥਾਰ 'ਤੇ ਇੱਕ ਦੂਸਰੀ ਕਾਰ ਦੇ ਵਿਚਾਲੇ ਭਿਆਨਕ ਟੱਕਰ ਹੋਈ। ਇਸ ਟੱਕਰ ਦੇ ਵਿੱਚ ਉਸ ਫੁੱਲਾਂ ਵਾਲੀ ਕਾਰ 'ਚ ਸਵਾਰ ਵਿਅਕਤੀ ਬੁਰੇ ਤਰੀਕੇ ਦੇ ਨਾਲ ਜ਼ਖਮੀ ਹੋਏ। ਇਸ ਭਿਆਨਕ ਹਾਦਸੇ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਜਿਸ 'ਚ ਦਿਖਾਈ ਦਿੰਦਾ ਕਿ ਕਿਸ ਤਰੀਕੇ ਦੇ ਨਾਲ ਇਹ ਦਰਦਨਾਕ ਹਾਦਸਾ ਵਾਪਰਿਆ ਹੈ। ਹਾਦਸਾ ਇੰਨਾ ਕੁ ਖਤਰਨਾਕ ਸੀ ਕਿ ਦੋਨੋਂ ਗੱਡੀਆਂ ਬਿਲਕੁਲ ਖਤਮ ਹੋ ਚੁੱਕੀਆਂ ਨੇ। ਵਿਆਹ ਵਾਲੀ ਕਾਰ 'ਚ ਸਵਾਰ ਵਿਅਕਤੀ ਜ਼ਖਮੀ ਹੋ ਗਏ ਨੇ। ਹਾਲਾਂਕਿ ਇੰਨੀ ਕੁ ਗਨੀਮਤ ਜ਼ਰੂਰ ਰਹੀ ਹੈ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ, ਪਰ ਇੰਨਾ ਜ਼ਰੂਰ ਹੈ ਕਿ ਜੋ ਦਿਨ ਸ਼ਗਨਾਂ ਦਾ ਸੀ ਉਹੀ ਮਾਤਮ ਦੇ ਦਿਨਾਂ 'ਚ ਬਦਲ ਚੁੱਕਿਆ ਅਤੇ ਉਸੇ ਦਿਨ ਜਿੱਥੇ ਖੁਸ਼ੀਆਂ ਖੇੜੇ ਹੋਣੇ ਸੀ ਉੱਥੇ ਵਿਆਹ ਦੀ ਜਗ੍ਹਾ ਹੁਣ ਇਲਾਜ ਹੋ ਰਿਹਾ ਹਸਪਤਾਲ ਦੇ ਵਿੱਚ। ਇਹ ਘਟਨਾ ਆਪਣੇ ਆਪ ਦੇ ਵਿੱਚ ਇੱਕ ਸੇਧ ਦੇਣ ਵਾਲੀ ਘਟਨਾ ਵੀ ਜ਼ਰੂਰ ਹੈ, ਕਿਉਂਕਿ ਹਾਲ ਹੀ ਦੇ ਸਮੇਂ 'ਚ ਡੇਲੀ ਪੋਸਟ 'ਤੇ ਵੀ ਇਹ ਆਵਾਜ਼ ਜ਼ਰੂਰ ਚੁੱਕੀ ਕਿ ਧੁੰਦ ਦਾ ਸਮਾਂ ਹੈ, ਜਿਹੇ 'ਚ ਪਤਾ ਨਹੀਂ ਲੱਗਦਾ ਕਿ ਸਾਹਮਣੇ ਦੀ ਕਿਹੜਾ ਵਾਹਨ ਆ ਰਿਹਾ, ਤਾਂ ਜਿਹੇ 'ਚ ਹੌਲੀ ਰਹਿ ਕੇ ਗੱਡੀ ਨੂੰ ਚਲਾਇਆ ਜਾਵੇ। ਜੇਕਰ ਹੌਲੀ ਨਹੀਂ ਚੱਲਿਆ ਜਾ ਸਕਦਾ ਤਾਂ ਅਜਿਹੇ ਦੇ ਵਿੱਚ ਧਿਆਨ ਨਾਲ ਆਪਣੇ ਪਾਸੇ ਇੱਕ ਸਾਈਡ ਦੇ ਉੱਤੇ ਰਹਿ ਕੇ ਗੱਡੀ ਨੂੰ ਚਲਾਇਆ ਜਾਏ ਅਤੇ ਓਵਰਟੇਕ ਕਰਨ ਤੋਂ ਗੁਰੇਜ਼ ਹੀ ਰੱਖਣਾ ਚਾਹੀਦਾ, ਕਿਉਂਕਿ ਜਾਨ ਹੈ ਤਾਂ ਜਹਾਨ ਹੈ। ਜੇਕਰ ਇਸ ਤਰੀਕੇ ਦਾ ਹਾਦਸਾ ਹੀ ਵਾਪਰ ਗਿਆ ਫਿਰ ਜਲਦੀ ਜਾਣ ਦੇ ਜੋ ਮਨਸੂਬੇ ਨੇ, ਜੋ ਇੱਛਾ ਹੈ, ਉਹ ਕਿਸ ਤਰ੍ਹਾਂ ਪੂਰੀ ਹੋ ਸਕਦੀ ਹੈ। ਉਲਟਾ ਮਹੀਨਿਆਂ ਦਾ ਰੋਣਾ ਮਿਲ ਜਾਂਦਾ ਜੇਕਰ ਕੋਈ ਹਲਕਾ ਜਿਹਾ ਵੀ ਹਾਦਸਾ ਵਾਪਰ ਜਾਵੇ, ਜੋ ਕਿ ਦੇਖਣ ਨੂੰ ਮਿਲਿਆ ਮਾਨਸਾ ਦੇ ਪਿੰਡ ਦੁੱਲੋਵਾਲ 'ਚ। ਵਿਆਹ ਵਾਲੀ ਕਾਰ 'ਤੇ ਥਾਰ 'ਚ ਟੱਕਰ ਹੋਈ, ਦੋਨੋਂ ਗੱਡੀਆਂ ਨਕਾਰਾ ਹੋ ਗਈਆਂ। ਹਾਲਾਂਕਿ ਇਹਨਾਂ ਦੋਨਾਂ ਦੇ ਹਾਦਸੇ ਦੇ ਵਿੱਚ ਨਾਲ ਜਾ ਰਿਹਾ ਇੱਕ ਆਟੋ ਵੀ ਇਸਦਾ ਸ਼ਿਕਾਰ ਹੋ ਗਿਆ, ਗੰਭੀਰ ਜ਼ਖਮੀ ਹੋਏ ਨੇ। ਆਟੋ ਸਵਾਰ, ਕਾਰ ਸਵਾਰ ਪਿੰਡ ਪੱਤਾ ਮਾਲੂਕਾ ਦੇ ਕੋਲ ਵਿਆਹ ਵਾਲਾ ਲਾੜਾ ਲਾੜੀ ਆਪਣੇ ਨਿੱਜੀ ਪਰਿਵਾਰ ਦੀ ਪਾਰਟੀ 'ਚ ਸ਼ਾਮਿਲ ਹੋਣ ਲਈ ਜਾ ਰਹੇ ਸੀ, ਪਰ ਉਦੋਂ ਹੀ ਦੋਲੋਵਾਲ ਦੇ ਨਜ਼ਦੀਕ ਮਾਨਸਾ ਸਾਈਡ ਤੋਂ ਜਦ ਇੱਕ ਥਾਰ ਆ ਰਹੀ ਸੀ ਉਸਦੇ ਨਾਲ ਟੱਕਰ ਹੋ ਗਈ। ਉਸ 'ਚ ਵੱਜਣ ਦੇ ਕਾਰਨ ਇਹ ਗੱਡੀਆਂ ਹਾਦਸਾ ਗ੍ਰਸਤ ਹੋ ਗਈਆਂ। ਵਿਆਹ ਵਾਲੀ ਕਾਰ 'ਚ 5 ਵਿਅਕਤੀ ਸਵਾਰ ਸੀ ਜੋ ਕਿ ਗੰਭੀਰ ਜ਼ਖਮੀ ਦੱਸੇ ਜਾ ਰਹੇ ਨੇ, ਜਿਨ੍ਹਾਂ ਦੇ ਵਿੱਚ 3 ਮਹਿਲਾਵਾਂ ਅਤੇ 2 ਵਿਅਕਤੀ ਗੰਭੀਰ ਜ਼ਖਮੀ ਹੋਏ ਨੇ। ਪਿੰਡ ਦੁੱਲੋਵਾਲ ਦੇ ਸਰਪੰਚ ਨੇ ਇਸ ਦੌਰਾਨ ਦੱਸਿਆ ਕਿ ਹਾਦਸਾ ਕਾਫੀ ਜ਼ਿਆਦਾ ਭਿਆਨਕ ਰਿਹਾ। ਇਸ ਪੂਰੇ ਹਾਦਸੇ 'ਚ ਦੋਨੋਂ ਗੱਡੀਆਂ ਨਕਾਰਾ ਹੋ ਚੁੱਕੀਆਂ ਨੇ, ਤਾਂ ਇਸ ਤੋਂ ਸਬਕ ਜ਼ਰੂਰ ਮਿਲਦਾ ਹੈ ਕਿ ਭਾਵੇਂ ਕਿਤੇ ਵੀ ਜਾਣਾ ਹੋਵੇ ਸਾਵਧਾਨੀ ਜ਼ਰੂਰੀ ਹੈ। ਜਾਨ ਹੈ ਤਾਂ ਜਹਾਨ ਹੈ। ਜੈ ਜੀ, ਮੇਰਾ ਦੋ ਨੂੰ ਹੈ, ਮੇਰੀਆਂ ਘਰ ਵਾਲੀ ਨਾਲ ਬੱਚੇ ਨਾਲ ਮੇਰੇ ਪੋਤੇ ਤੇ ਸੱਤਾ ਮਾਲਕ ਤੋਂ ਆ ਰਹੇ ਸੀ। 2-3 ਜਣੇ ਅਸੀਂ ਤੇ ਬਾਕੀ ਬਾਂਹ ਹੱਥ ਕੱਟੀਆਂ ਹੋਰ ਸੀਗੀਆਂ ਸਾਡੀ ਮਗਰ ਨਾਲ ਆ ਗਈਆਂ ਤੇ ਹੁਣ ਛੇੜੀ ਬੰਦਾ ਸੀ ਛੇੜੀ ਵਿੱਚ ਮਾਰੀ ਇੱਕ ਤੇ ਸਾਹਿਬ ਰੋਂਗ ਸਾਈਡ ਮਾਰੀ ਆਪਦੀ ਸਾਈਡ ਤੋਂ। ਹਾਂਜੀ, ਬੱਚਾ ਸੱਤਾ ਹੁੱਟਾ ਹੈਗਾ ਪਤਾ ਸਾਨੂੰ ਗਿਆ ਬੋਲੋ ਸਾਡਾ ਫਿਰ ਬੱਚੇ ਨੀ ਗਏ ਤਾਂ ਗਏ ਸਾਡਾ ਇੱਥੇ ਵੀ ਰੁਕਦੇ ਸਾਰੇ ਹੋਰ ਜਾਏ ਤੋਂ ਪਤਾ ਪਬਲਿਕ ਪਤਾ ਗਈ ਸਾਨੂੰ ਪਤਾ ਸੱਟ ਹੁੱਟ ਦਾ ਕੋਈ ਤੈਨੂੰ ਪਤਾ ਉਹ ਲੜਕੀ ਦਾ ਸਿਰ ਚ ਸੱਟ ਹੈ ਜੀ। ਹਾਂਜੀ ਜੀ, ਅੱਜ ਮੇਰੇ ਪਿੰਡ ਦੁੱਲੋਵਾਲ ਨੈਸ਼ਨਲ ਹਾਈਵੇ 703 ਦੇ ਉੱਪਰ ਫੱਤਾ ਮਾਲਕ ਵੱਲ ਜਾ ਰਹੀ ਭੰਮਿਆਂ ਦੀ ਇੱਕ ਥਾਰ ਗੱਡੀ ਜਾ ਰਹੀ ਸੀ। ਇੱਧਰੋਂ ਲਾੜਾ ਅਤੇ ਲਾੜੀ ਨੂੰ ਲੈ ਕੇ ਕੱਲ ਬੁਗਰੇ ਪਿੰਡ ਮਿਲਣੀ ਕਰਨ ਲਿਜਾ ਰਹੇ ਸੀ। ਫੱਤਾ ਮਾਲਕ ਦਾ ਲੜਕਾ ਸੀਗਾ, ਇਹ ਬੁਗਰੇ ਪਿੰਡ ਜਾ ਰਹੇ ਸੀ ਤੇ ਮੂਹਰੇ ਆਟੋ ਸੀ। ਇਹਨਾਂ ਦਾ ਜਿਹੜਾ ਐਕਸੀਡੈਂਟ ਹੋਇਆ ਇਹ ਦੱਸ ਰਹੇ ਨੇ ਚਸ਼ਮਦੀਦ ਵੀ ਥਾਰ ਗੱਡੀ ਤੇਜ਼ ਆ ਰਹੀ ਸੀ, ਮਿਸਅੰਡਰਸਟੈਂਡਿੰਗ ਹੋ ਗਈ ਟ੍ਰੈਫਿਕ ਕਰਕੇ ਤੇ ਜਾਨੀ ਮਾਲੀ ਨੁਕਸਾਨ ਹੋਣ ਤੋਂ ਕਹਿੰਦੇ ਪੂਰੀ ਬਚਤ ਹੈ ਤੇ ਨਿੱਕੀਆਂ ਮੋਟੀਆਂ ਵਾਹਿਗੁਰੂ ਦੀ ਕਿਰਪਾ ਨਾਲ ਚੋਟਾਂ ਲੱਗੀਆਂ ਨੇ, ਕਿਸੇ ਦੇ ਕੋਈ ਸੱਟ ਫੇਟ ਨਹੀਂ ਵੱਜੀ ਤੇ ਨੁਕਸਾਨ ਬਹੁਤ ਜ਼ਿਆਦਾ ਹੋ ਗਿਆ ਤੇ ਕਹਿੰਦਿਆਂ ਸੱਟਾਂ ਕਿਸੇ ਦੇ ਵੱਜੀਆਂ ਨਹੀਂ ਗੀਆਂ, ਕੁੜੀਆਂ ਕਣੀਆਂ ਸੱਟਾਂ ਤੇ ਗੱਡੀਆਂ ਡੈਮੇਜ ਹੋ ਗਈਆਂ, ਬਿਲਕੁਲ ਖਤਮ ਹੋ ਗਈਆਂ ਗੱਡੀਆਂ। ਹਾਂਜੀ, ਅਸੀਂ ਕਸ਼ਮੀਰ ਤੋਂ ਖਾਲੀ ਗੱਟੇ ਸੁਇੰਟ ਵਾਲੇ ਲੈ ਕੇ ਆਈ ਜਾਂਦੇ ਸੀਗੇ ਜੀ। ਸਾਨੂੰ ਤਾਂ ਪਤਾ ਹੀ ਨਹੀਂ ਲੱਗਿਆ ਜੀ, ਮਗਰੋਂ ਵੱਜੀ ਹੈ ਜੀ ਸਾਡੇ 'ਤੇ ਗੱਡੀ, ਸਾਨੂੰ ਤਾਂ ਪਤਾ ਹੀ ਨਹੀਂ ਲੱਗਿਆ ਜੀ ਨਾ ਗੱਡੀ ਦਾ। ਮੈਨੂੰ ਤਾਂ ਸੜਕ ਤੇ ਲੋਟਣੀਆਂ ਖਾ ਗਿਆ ਜੀ ਆਟੋ ਤੇ ਇਹ ਡੈਡੀ ਵਿੱਚੋਂ ਫਿਰ ਵਿੱਚ ਖੜੇ ਹੋ ਗਏ ਆਟੋ ਦੇ, ਉਹ ਇਕੱਠ ਹੋ ਗਏ ਉਹਨਾਂ ਨੇ ਕੱਢਿਆ ਜੀ ਇਹਨਾਂ ਨੂੰ ਕੱਢਿਆ।
ਬਿਆਲੀ ਗੱਡੀ ਸੀ ਜੀ ਤੇ ਉਹ ਗੱਡੀ ਵਿੱਚ ਬੱਜੀ ਉਹਨਾਂ ਨੂੰ ਤਾਂ ਹੋ ਗਏ ਲੈ ਗਏ ਜੀ ਮਾਨਸਾ ਤੇ ਇਹਨਾਂ ਦੇ ਕੋਈ ਸੈੱਟ ਨਹੀਂ ਹਾਲ ਬੇਵਾਹ ਹੋ ਗਈ ਕੋਈ ਸਮਝ ਚੋਂ ਬਾਹਰ ਹੋ ਗਿਆ ਅੱਖਾਂ ਹੀ ਮਿਚ ਗਈਆਂ ਜਦੋਂ ਐਡੀ ਚੀਜ਼ ਵਾਪਰ ਜੇ ਜੀ ਕੋਈ ਝਾਕਣ ਨੂੰ ਜੀ ਨਹੀਂ ਕਰਦਾ ਉਹ ਪਹੁੰਚਾ ਦੇ ਹਸਪਤਾਲ ਹਾਂਜੀ ਉਹ ਪਹੁੰਚਾ ਦੇ ਜੀ